ਸਤਿ ਸ਼੍ਰੀ ਅਕਾਲ ਜੀ, ਮੈਂ ਸਵਾਤੀ ਸਕਸੈਨਾ, ਪੰਜਾਬੀ ਖਬਰਾਂ ਵੇਖ ਰਹੇ ਆਪ ਸਭ ਦਾ ਸਵਾਗਤ ਕਰਦੀ ਹਾਂ। ਖਬਰੇ ਸ਼ੁਰੂਆਤ ਕਰਾਂਗੇ ਪੰਜਾਬੀ ਹੈਡਲਾਈਨਸ ਤੇ। ਦੇਸ਼ ਭਰ ਵਿੱਚ ਮਹਾਸ਼ਿਵਰਾਤਰੀ ਧੂਮ, ਮੰਦਰਾਂ ਵਿੱਚ ਸ਼ਿਵ ਭਗਤਾਂ ਦਾ ਸੈਲਾਬ। ਮਹਾਸ਼ਿਵਰਾਤਰੀ ਤੇ ਰਾਸ਼ਟਰਪਤੀ ਪੀਐਮ ਮੋਦੀ ਸਮੇਤ ਕਈ ਨੇਤਾਵਾਂ ਨੇ ਦਿੱਤੀਆਂ ਸ਼ੁਭਕਾਮਨਾਵਾਂ। ਪੰਜਾਬ ਵਿੱਚ ਮਹਾਸ਼ਿਵਰਾਤਰੀ ਦੀਆਂ ਰੌਣਕਾਂ, ਭੋਲੇ ਦੇ ਜੈਕਾਰੇ ਨਾਲ ਗੂੰਜ ਰਹੇ ਨੇ ਮੰਦਿਰ। ਕਿਸਾਨਾਂ ਲਈ ਖੁਸ਼ਖਬਰੀ, ਕੈਪਟਨ ਨੇ ਕੀਤਾ ਐਲਾਨ। ਬਿਜਲੀ ਦੀਆਂ ਤਾਰਾਂ ਹੇਠਲੀ ਜ਼ਮੀਨ ਤੇ ਮੁਆਵਜ਼ਾ ਦੇਣ ਦੀ ਸੰਭਾਵਨਾ। ਬਾਈ ਫਰਵਰੀ ਤੋਂ ਪਟਿਆਲਾ ਦੀ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਦੇ ਵਿਹੜੇ ਵਿੱਚ ਸ਼ੁਰੂ ਹੋਣ ਜਾ ਰਹੇ ਕ੍ਰਾਫਟ ਮੇਲੇ ਦੀਆਂ ਤਿਆਰੀਆਂ ਮੁਕੰਮਲ। ਪੰਜਾਬ ਵਿੱਚ ਮੌਸਮ ਨੇ ਬਦਲਿਆ ਮਿਜ਼ਾਜ, ਬਠਿੰਡਾ ਵਿੱਚ ਤੇਜ਼ ਮੀਂਹ ਦੇ ਨਾਲ ਹੋਈ ਕੜੇਮਾਰੀ। ਹੁਣ ਖਬਰਾਂ ਵਿਸਥਾਰ ਨਾਲ। ਦੇਸ਼ ਭਰ ਵਿੱਚ ਅੱਜ ਮਹਾਸ਼ਿਵਰਾਤਰੀ ਦਾ ਤਿਉਹਾਰ ਕਾਫੀ ਧੂਮਧਾਮ ਨਾਲ ਮਨਾਇਆ ਜਾ ਰਿਹਾ। ਮੰਦਰਾਂ ਵਿੱਚ ਸ਼ਿਵ ਭਗਤਾਂ ਦਾ ਸੈਲਾਬ ਉਮੜ ਪਿਆ। ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੰਦਰਾਂ ਵਿੱਚ ਸਵੇਰ ਤੋਂ ਹੀ ਭਗਤਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਨੇ। ਦੱਸ ਦਈਏ ਕਿ ਕਰਨਾਟਕ ਦੇ ਕਲਬੁਰਜੀ ਵਿੱਚ 25 ਫੁੱਟ ਉੱਚਾ ਸ਼ਿਵਲਿੰਗ ਬਣਾਇਆ ਗਿਆ। ਮਹਾਸ਼ਿਵਰਾਤਰੀ ਦੇ ਮੌਕੇ 'ਤੇ ਉਜੈਨ ਦੇ ਮਹਾਂਕਲੇਸ਼ਵਰ ਮੰਦਿਰ ਵਿੱਚ ਵਿਸ਼ੇਸ਼ ਪੂਜਾ ਕੀਤੀ ਗਈ ਹੈ। ਮਾਨਤਾ ਹੈ ਕਿ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਸ਼ਿਵਰਾਤਰੀ ਤੋਂ ਚੰਗਾ ਮੌਕਾ ਕੋਈ ਨਹੀਂ ਹੁੰਦਾ। ਇਸ ਦਿਨ ਭੋਲੇ ਸ਼ੰਕਰ ਨੂੰ ਖੁਸ਼ ਕਰਨ ਲਈ ਲੋਕ ਵਰਤ ਵੀ ਰੱਖਦੇ ਨੇ। ਸ਼ਿਵਰਾਤਰੀ ਤੇ ਸ਼ਰਧਾਲੂਆਂ ਦਾ ਭਾਰੀ ਇਕੱਠ ਅੱਜ ਵਾਰਾਣਸੀ ਵਿੱਚ ਵੀ ਵੇਖਣ ਨੂੰ ਮਿਲਿਆ। ਇੱਥੇ ਰਾਤ ਤੋਂ ਹੀ ਸ਼ਰਧਾਲੂਆਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਸਨ। ਗੰਗਾ ਇਸ਼ਨਾਨ ਤੋਂ ਬਾਅਦ ਸ਼ਰਧਾਲੂ ਆਪਣੇ ਬਾਬੇ ਦੇ ਦਰਸ਼ਨ ਕਰਨ ਲਈ ਹੱਥ ਵਿੱਚ ਗੰਗਾ ਜਲ, ਮਾਲਾ, ਫੂਲ, ਭੰਗ ਆਦਿ ਲੈ ਕੇ ਮੰਦਰਾਂ ਵਿੱਚ ਪਹੁੰਚੇ। ਦੇਹਰਾਦੂਨ ਵਿੱਚ ਬੀਤੀ ਰਾਤ ਤੋਂ ਭਾਰੀ ਬਾਰਿਸ਼ ਹੋਣ ਕਾਰਨ ਸ਼ਿਵ ਭਗਤਾਂ ਵਿੱਚ ਜੋਸ਼ ਦੀ ਕੋਈ ਕਮੀ ਨਹੀਂ ਆਈ ਹੈ। ਸਵੇਰ ਤੋਂ ਹੀ ਸ਼ਿਵਾਲਿਆ ਵਿੱਚ ਸ਼ਰਧਾਲੂਆਂ ਦੀ ਕਾਫੀ ਭੀੜ ਵੇਖੀ ਗਈ ਹੈ। ਦੇਹਰਾਦੂਨ ਦੇ ਪ੍ਰਾਚੀਨ ਟਪਕੇਸ਼ਵਰ ਮਹਾਦੇਵ ਮੰਦਿਰ ਵਿੱਚ ਵੀ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਹੋਇਆ। ਦੱਸ ਦਈਏ ਕਿ ਵੈਸੇ ਤਾਂ ਸ਼ਿਵਰਾਤਰੀ ਹਰ ਮਹੀਨੇ ਆਉਂਦੀ ਹੈ, ਪਰ ਫੱਗਣ ਕ੍ਰਿਸ਼ਨ ਚਤੁਰਥੀ ਨੂੰ ਹੀ ਮਹਾਂਸ਼ਿਵਰਾਤਰੀ ਕਿਹਾ ਜਾਂਦਾ ਹੈ। ਇਸ ਖਾਸ ਦਿਨ ਦੇਵਾਂ ਦੇ ਦੇਵ ਮਹਾਦੇਵ ਭਗਵਾਨ ਸ਼ਿਵ ਭਗਵਤੀ ਗੌਰੀ ਦੇ ਨਾਲ ਵਿਆਹ ਦੇ ਸੂਤਕ ਵਿੱਚ ਬੰਨੇ ਗਏ ਸਨ। ਵਾਰਾਣਸੀ ਦੇ ਲਈ ਇਹ ਤਿਉਹਾਰ ਕਾਫੀ ਧੂਮਧਾਮ ਮਨਾਇਆ ਜਾਂਦਾ ਹੈ। ਅੱਜ ਦੇ ਦਿਨ ਵਾਰਾਣਸੀ ਆਉਣ ਵਾਲੇ ਵਿਦੇਸ਼ੀ ਵੀ ਸ਼ਿਵ ਅਰਚਨਾ ਵਿੱਚ ਲੂੰਘੇ ਜਾਂਦੇ ਨੇ। ਪੂਰੇ ਦੇਸ਼ ਵਿੱਚ ਮਹਾਸ਼ਿਵਰਾਤਰੀ ਦਾ ਤਿਉਹਾਰ ਅੱਜ ਪੂਰੇ ਧੂਮਧਾਮ ਮਨਾਇਆ ਜਾ ਰਿਹਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਵੱਖ ਵੱਖ ਸਿਆਸੀ ਦਲਾਂ ਦੇ ਨੇਤਾਵਾਂ ਨੇ ਮਹਾਸ਼ਿਵਰਾਤਰੀ ਮੌਕੇ ਅੱਜ ਪੂਰੇ ਦੇਸ਼ ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਨੇ। ਕੋਵਿੰਦ ਨੇ ਟਵੀਟ ਕਰਕੇ ਕਿਹਾ ਕਿ ਮਹਾਸ਼ਿਵਰਾਤਰੀ ਦੇ ਸ਼ੁਭ ਮੌਕੇ 'ਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ। ਮੇਰੀ ਕਾਮਨਾ ਹੈ ਕਿ ਭਗਵਾਨ ਸ਼ਿਵ ਦਾ ਆਸ਼ੀਰਵਾਦ ਸਾਰਿਆਂ ਦੇ ਜੀਵਨ ਵਿੱਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਲਿਆਵੇ। ਪੀਐਮ ਮੋਦੀ ਨੇ ਵੀ ਆਪਣੇ ਟਵੀਟ ਵਿੱਚ ਆਖਿਆ ਕਿ ਤੁਹਾਨੂੰ ਸਾਰਿਆਂ ਨੂੰ ਮਹਾਸ਼ਿਵਰਾਤਰੀ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਬਾਬਾ ਭੋਲੇਨਾਥ ਦੇ ਆਸ਼ੀਰਵਾਦ ਨਾਲ ਸਾਰੇ ਦੇਸ਼ ਵਾਸੀਆਂ ਦੇ ਜੀਵਨ ਵਿੱਚ ਸੁੱਖ, ਸ਼ਾਂਤੀ, ਖੁਸ਼ਹਾਲੀ ਆਏ। ਅਮਿਤ ਸ਼ਾਹ ਨੇ ਟਵੀਟ ਕਰਕੇ ਮਹਾਸ਼ਿਵਰਾਤਰੀ ਦੀ ਵਧਾਈ ਦਿੱਤੀ ਹੈ। ਪੂਰੇ ਦੇਸ਼ ਸਮੇਤ ਪੰਜਾਬ ਵਿੱਚ ਅੱਜ ਮਹਾਂਸ਼ਿਵਰਾਤਰੀ ਦਾ ਤਿਉਹਾਰ ਬੜੇ ਹੀ ਧੂਮਧਾਮ ਮਨਾਇਆ ਜਾ ਰਿਹਾ ਹੈ। ਪਟਿਆਲਾ ਵਿਖੇ ਮਹਾਂਸ਼ਿਵਰਾਤਰੀ ਦਾ ਤਿਉਹਾਰ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਸਾਰੇ ਮੰਦਰ ਬੰਬ ਬੰਬ ਭੋਲੇ ਦੇ ਜੈਕਾਰੇ ਨਾਲ ਗੂੰਜ ਰਹੇ ਨੇ। ਮੰਦਰਾਂ ਵਿੱਚ ਭੋਲੇ ਸ਼ੰਕਰ ਦੇ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਲੋਕ ਮੰਦਰਾਂ ਵਿੱਚ ਭੋਲੇ ਸ਼ੰਕਰ ਦੇ ਸ਼ਿਵਲਿੰਗ ਤੇ ਜਲ ਅਤੇ ਬੇਲ ਪੱਤਰੇ ਚੜਾ ਕੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਨੇ। ਭੋਲੇ ਦੇ ਭਗਤਾਂ ਨੇ ਅੱਜ ਸ਼ਿਵਰਾਤਰੀ ਦੇ ਵਰਤ ਰੱਖੇ ਹੋਏ ਨੇ, ਜਿਸ ਨਾਲ ਉਹਨਾਂ ਨੂੰ ਭਗਵਾਨ ਸ਼ਿਵ ਦੀ ਕਿਰਪਾ ਮਿਲਦੀ ਹੈ। ਭਗਵਾਨ ਸ਼ਿਵ ਦੇ ਮੰਦਰਾਂ ਨੂੰ ਬੜੀ ਹੀ ਖੂਬਸੂਰਤੀ ਨਾਲ ਸਜਾਇਆ ਗਿਆ ਅਤੇ ਥਾਂ ਥਾਂ ਸੜਕਾਂ 'ਤੇ ਭੋਲੇ ਦੇ ਨਾਂ ਦੇ ਲੰਗਰ ਲੋਕਾਂ ਵੱਲੋਂ ਲਗਾਏ ਗਏ ਨੇ। ਹਰ ਪਾਸੇ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ। ਸ਼ਿਵਰਾਤਰੀ ਹਮਾਰਾ ਹਿੰਦੂਓਂ ਕਾ ਬਹੁਤ ਹੀ ਮੁੱਖ ਪਰਬ ਹੋਤਾ ਹੈ। ਇਸਮੇਂ ਜੋ ਹੈ ਭਗਤ ਲੋਕ ਜੋ ਹੈ ਵਰਤ ਕਰਤੇ ਹੈ,
और व्रत करने के बाद अपना जो है भगवान का सेवा पूजन करते हैं, अर्चना करते हैं, दूध दही दही से अभिषेक कराते हैं और इसका जो है हमारे जीवन में बहुत ही महत्व है। शिव शंकर जो भोलेनाथ जी हैं, ये अगर आप जो है इसकी अच्छी तरह से पूजा करें और भाव से पूजा करें तो यह जो है सभी मनोकामना पूर्ण करते हैं। हुनवाद कुछ और खबर वाल। दिल्ली के शाहीन बाग में नागरिकता सोध कानून विरुद्ध धरने कारण बंद फरीदाबाद जाने का रस्ता दो महीने बाद खुल गया। ओखला और सुपरनोवा का रस्ता खोल दिया गया। पुलिस ने आज सवेरे इस रस्ते तो बैरीकेड्स हटा दिए ने। दसनयोग है कि कलिंदी कुंज का रस्ता हाल भी बंद है। प्रदर्शनकारियों ने अपने वालों कोई ढील नहीं दी है। पुलिस ने ओखला बोल सेंचुरी कोल जो बैरीकेड्स की सिर्फ उसनू हटाया गया। किसानों लिए खुशखबरी है, बिजली के खंभों नाल होए उजाड़े का मुआवजा किसानों नू मिल सकता है। इस बारे मुख्यमंत्री कैप्टन अमरिंदर सिंह ने सदन नू भरोसा दिता है। उन्होंने कहा कि सरकार पंजाब स्टेट ट्रांसमिशन कारपोरेशन वालों टावर लगाने लिए वरती जाती जमीन वास्ते किसानों नू मुआवजा देने संबंधी नीति लैके आएगी। उंज मुख्यमंत्री ने बिजली दियां तारां हेठली जमीन वास्ते किसानों नू मुआवजा देने की संभावना नू रद्द कर दिता है, क्योंकि सूबे भर में तारां दे हेठ 105 लाख एकड़ रकबा आउंदा है। उन्होंने कहा कि बठिंडा जिले में टावरां हेठली जमीन एक्वायर नहीं की गई, क्योंकि टावरां ते ट्रांसमिशन लाइनां हेठ आउंदी जमीन ते खेतीबाड़ी दे कम्मां ते कोई रोक नहीं है, इसलिए जमीन नू एक्वायर करन दी लोड़ नहीं है। तरन तारण में टकसाली अकालियों वालों की जा रही रैली तो सुखदेव सिंह ढींडसा, भुपिंदर सिंह यूएसए, सरदार जसविंदर सिंह, मनजीत सिंह कोमा श्री हरिमंदर साहिब विखे मत्था टेकने लिए पहुंचे ने, जिथे उन्होंने पत्रकारों नाल गलबात करदे कहा कि बादलों तो एसजीपीसी नूं मुक्त कराउण लई अज असी सारिआं ने श्री हरिमंदर साहिब विच अरदास करके रैली विच शिरकत करांगे। ਪੁਰਾ ਜੀ ਨੇ ਅੱਜ ਆਪਣੇ ਏਰੀਏ 'ਚ ਕਾਨਫਰੰਸ ਰੱਖੀ ਹੈ, ਇਸ ਕਰਕੇ ਕੱਲ੍ਹ ਆਏ ਸੀਗੇ। ਕੱਲ੍ਹ ਸੱਜਣਾ ਕੁਛ ਸੱਜਣਾ ਨੂੰ ਮਿਲਣਾ ਸੀ, ਭੁਪਿੰਦਰ ਸਿੰਘ ਹੋਰਾਂ ਨੇ ਕੁਰੇਨ ਕੀਤੇ ਸੀਗੇ ਖਾਲਸਾ ਜੀ, ਅਤੇ ਅੱਜ ਉੱਥੇ ਚੱਲੇ ਹਾਂ। ਜਦੋਂ ਸੁਖਬੀਰ ਜੀ ਦੰਦਾ ਆਇਆ ਹੈ, ਪ੍ਰਧਾਨ ਬਣਿਆ, ਉਹਨੇ ਅਕਾਲੀ ਦਲ ਦਾ ਸੱਤਿਆਨਾਸ਼ ਕਰ ਦਿੱਤਾ। ਡਿਕਟੇਟਰਸ਼ਿਪ ਦਾ ਕੋਈ ਡੈਮੋਕ੍ਰੈਟਿਕ ਸਿਸਟਮ ਨਹੀਂ ਹੈ। ਐਸਜੀਪੀਸੀ ਦਾ ਜਦੋਂ ਸੁਣਿਆ ਕਿ ਇੰਨੇ ਵੱਡੇ ਵੱਡੇ ਸਕੈਂਡਲ ਹੋ ਰਹੇ ਨੇ, ਐਸ ਜੀ ਪੀ ਸੀ ਗੁਰਦੁਆਰਿਆਂ ਨੂੰ ਲੁੱਟਿਆ ਜਾ ਰਿਹਾ, ਇਸ ਕਰਕੇ ਮਨ ਕੀਤਾ ਕਿ ਅਖੀਰ ਦੇ ਦਿਨ ਰਹਿ ਗਏ, ਹੁਣ ਕੋਈ ਨਾ ਕੋਈ ਤਾਂ ਆਵਾਜ਼ ਉਠਾਉਣੀ ਪਏਗੀ, ਨਹੀਂ ਤਾਂ ਇਹ ਹਾਲਾਤ ਮਾੜੇ ਹੋ। 22 ਫਰਵਰੀ ਤੋਂ ਪਟਿਆਲਾ ਦੀ ਵਿਰਾਸਤੀ ਮਾਰ ਸ਼ੀਸ਼ ਮਹਿਲ ਦੇ ਵਿਹੜੇ ਵਿੱਚ ਸ਼ੁਰੂ ਹੋਣ ਜਾ ਰਹੇ ਕ੍ਰਾਫਟ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ। ਜਾਣਕਾਰੀ ਦਿੰਦਿਆਂ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਨੇ ਦੱਸਿਆ ਕਿ 5 ਮਾਰਚ ਤੱਕ ਚੱਲਣ ਵਾਲੇ ਇਸ ਮੇਲੇ ਦੀਆਂ ਤਿਆਰੀਆਂ ਮੁਕੰਮਲ ਨੇ। ਸ਼ੀਸ਼ ਮਹਿਲ ਲਗਾਤਾਰ 3ਰੇ ਸਾਲ ਕ੍ਰਾਫਟ ਮੇਲੇ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਉਨ੍ਹਾਂ ਆਖਿਆ ਕਿ ਪਿਛਲੇ 2 ਸਾਲਾਂ ਦੌਰਾਨ ਲੱਗੇ ਮੇਲਿਆਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕਰਕੇ ਮੇਲੇ ਨੂੰ ਭਰਵਾਂ ਹੁੰਗਾਰਾ ਦਿੱਤਾ ਸੀ। ਹੁਣ ਲਗਾਤਾਰ 3ਰੇ ਸਾਲ ਹੋ ਰਹੇ ਕ੍ਰਾਫਟ ਮੇਲੇ ਲਈ ਵੀ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਲੋਕਾਂ ਦੇ ਉਤਸ਼ਾਹ ਨੂੰ ਵੇਖਦਿਆਂ ਤਿਆਰੀਆਂ ਕੀਤੀ ਗਈਆਂ ਨੇ। ਸਭ ਤੋਂ ਫੈਸਟੀਵਲ ਪਟਿਆਲੇ ਦੇ ਵਿੱਚ ਹਰ ਸਾਲ 10 ਸਾਲਾਂ ਦੇ ਗੈਪ ਦੇ ਬਾਅਦ ਅਸੀਂ ਪਟਿਆਲਾ ਹੈਰੀਟੇਜ ਫੈਸਟੀਵਲ ਕਰਵਾ ਰਹੇ ਹਾਂ। ਹਰ ਇੱਕ ਕਲਾ ਦੇ ਵਿੱਚੋਂ ਹਿੰਦੁਸਤਾਨ ਦੇ ਸਭ ਤੋਂ ਮਸ਼ਹੂਰ ਕਲਾਕਾਰ ਆ ਰਹੇ ਨੇ, ਚਾਹੇ ਉਹ ਗਾਉਣ ਵਾਲ ਚਾਹੇ ਉਹ ਗੀਤ ਦੇ ਖੇਤਰ 'ਚ ਹੋਣ, ਚਾਹੇ ਉਹ ਡਾਂਸ 'ਚ ਹੋਣ, ਹਰ ਇੱਕ ਖੇਤਰ ਤੋਂ ਆ ਕੇ ਪਟਿਆਲੇ ਦੇ ਵਿੱਚ ਪਟਿਆਲੀਆਂ ਦੇ ਲਈ ਉਹ ਆ ਕੇ ਇੱਥੇ ਆਪਣੀ ਕਲਾ ਦਿਖਾਉਣਗੇ। ਸਭ ਨੂੰ ਖੁੱਲ੍ਹਾ ਸੱਦਾ ਹੈ, 22 ਤਰੀਕ 6 ਵਜੇ ਸ਼ਾਮ ਨੂੰ ਇਹਦੀ ਸ਼ੁਰੂਆਤ ਹੋਊਗੀ ਕਿਲ੍ਹੇ ਮੁਬਾਰਕ 'ਚ, ਔਰ ਇਹ 28 ਤਰੀਕ ਨੂੰ ਇਹਦੀ ਸਮਾਪਤੀ ਹੋਏਗੀ। ਹਰ ਰੋਜ਼ ਦਿਨ ਦੇ ਵਿੱਚ ਸ਼ਾਮ ਨੂੰ ਪਟਿਆਲਵੀਆਂ ਲਈ ਔਰ ਜੋ ਵੀ ਤੁਸੀਂ ਬਾਹਰੋਂ ਬੁਲਾਉਣਾ ਚਾਹੁੰਦੇ ਹੋ ਉਹਨਾਂ ਦੇ ਲਈ ਇਹ ਫੈਸਟੀਵਲ ਹੋ ਰਿਹਾ ਹੈ। ਨਾਲ ਦੀ ਨਾਲ ਸਾਡਾ ਜਿਹੜਾ ਕ੍ਰਾਫਟ ਮੇਲਾ ਹੈ ਉਹ ਵੀ ਸ਼ੀਸ਼ ਮਹਿਲ 'ਚ ਹੋ ਰਿਹਾ ਹੈ।
ਤਾਂ ਜ਼ਰੂਰ ਆਓ ਹੁਮ ਹਮਾ ਕੇ। ਬੈਂਕਾਂ ਵਿੱਚ ਹੋਈ ਸ਼ਰੇਆਮ ਲੁੱਟਖੋਹ ਦੀ ਵਾਰਦਾਤ ਦੇ ਮੁਲਜ਼ਮ ਪੁਲਿਸ ਅੜਿੱਕੇ ਆਏ ਨੇ। ਜੀ ਹਾਂ, ਭਾਵੇਂ ਫਿਰੋਜ਼ਪੁਰ ਦੇ ਕਸਬਾ ਜ਼ੀਰਾ ਵਿਖੇ SDFC ਬਾਹਰੋਂ ਮੋਟਰਸਾਈਕਲ ਚਾਲਕਾਂ ਤੋਂ ਕੋਈ ਕਰੀਬ 14 ਲੱਖ ਦੀ ਲੁੱਟ ਦੇ ਮਾਮਲੇ ਨੇ ਨਵਾਂ ਮੋੜ ਲੈਂਦਿਆਂ, ਜਿੱਥੇ ਇਸ ਲੁੱਟ ਦਾ ਮਾਸਟਰ ਮਾਈਂਡ ਬੈਂਕ ਦਾ ਸਹਾਇਕ ਮੈਨੇਜਰ ਸਾਹਮਣੇ ਆਇਆ ਹੈ। ਉੱਥੇ ਹੀ ਪੁਲਿਸ ਨੇ ਮੁਸ਼ਤੈਦੀ ਕਰਦਿਆਂ 6 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ 4 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਖੁਲਾਸਾ ਕਰਦਿਆਂ SSP ਭੁਪਿੰਦਰ ਸਿੰਘ ਨੇ ਆਖਿਆ ਕਿ ਉਕਤ ਲੁੱਟ ਦਾ ਮਾਸਟਰ ਮਾਈਂਡ ਬੈਂਕ ਦਾ ਸਹਾਇਕ ਮੈਨੇਜਰ ਹੀ ਸਾਹਮਣੇ ਆਇਆ, ਜਿਸ ਸਮੇਤ 4 ਮੁਲਜ਼ਮਾਂ ਨੂੰ ਕਾਬੂ ਕਰ ਲਿੱਤਾ ਗਿਆ। ਉਹਨਾਂ ਸਪਸ਼ਟ ਕੀਤਾ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਦੇ ਨਾਲ ਨਾਲ ਬਾਕੀ ਦੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ। RBL ਨਾਂ ਦੀ ਇੱਕ ਕੰਪਨੀ ਹੈ, ਉਹਦਾ ਇੱਕ ਸਹਾਇਕ ਮੈਨੇਜਰ ਸੀ ਨਿਸ਼ਾਨ ਸਿੰਘ। ਤਕਰੀਬਨ 17 ਤਰੀਕ ਨੂੰ ਇਹ ਤਕਰੀਬਨ 11:30 ਵਜੇ ਇਹ ਆਪਣੇ ਪੈਸੇ ਡਿਪੋਜ਼ਿਟ ਕਰਨ ਲਈ ਲੈ ਕੇ ਜਾ ਰਿਹਾ ਸੀ HDFC ਬੈਂਕ ਦੇ ਵਿੱਚ। ਤਕਰੀਬਨ ਜਿਹੜੇ 13,87,000 ਰੁਪਏ ਸੀ ਉਸਦੇ ਕੋਲ। 3 ਮੋਟਰਸਾਈਕਲ ਸਵਾਰ ਜਦੋਂ ਇਹ ਨੀਚੇ ਸੜਕ 'ਤੇ ਆਇਆ, ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ, ਉਹਨਾਂ ਨੇ ਉਹਨਾਂ ਤੋਂ ਪੈਸਿਆਂ ਦੀ ਸਨੈਚ ਕੀਤੀ। ਇਮੀਡੀਏਟ ਸਾਨੂੰ ਪਤਾ ਲੱਗਿਆ, ਸਾਡੇ ਮੌਕੇ 'ਤੇ ਸਾਰੇ ਅਫਸਰ ਪਹੁੰਚੇ, SP ਪ੍ਰੇਸ਼ਨ ਸਾਹਿਬ, SP ਡੀ ਸਾਹਿਬ, DSP ਜੀਰਾ ਅਤੇ ਇੰਸਪੈਕਟਰ CIA, ਖੁਦ ਮੈਂ ਵੀ ਉੱਥੇ ਮੌਕੇ 'ਤੇ ਗਿਆ ਸੀ। ਉਸ ਤੋਂ ਬਾਅਦ ਅਸੀਂ ਸਟ੍ਰੈਟਜੀ ਤਿਆਰ ਕੀਤੀ ਅਤੇ 2 ਦਿਨਾਂ ਦੇ ਵਿੱਚ ਅਸੀਂ ਦੋਸ਼ੀਆਂ ਨੂੰ ਵੀ ਫੜ ਲਿਆ ਅਤੇ ਪੈਸੇ ਵੀ ਬਰਾਮਦ ਕਰ। ਟੋਟਲ 6 ਬੰਦੇ ਸੀ ਇਹਦੇ 'ਚ, 4 ਬੰਦੇ ਗ੍ਰਿਫਤਾਰ ਹੋ ਚੁੱਕੇ ਨੇ, 2 ਰਹਿ ਗਏ ਨੇ, ਅਤੇ ਜਿਹੜੀ ਅਮਾਊਂਟ ਸੀ ਸਾਰੀ ਗ੍ਰਿਫਤਾਰ ਹੋ ਗਈ, ਅਮਾਊਂਟ ਸਾਰੀ ਅਸੀਂ ਬਰਾਮਦ ਕਰ। ਨਿਸ਼ਾਨ ਸਿੰਘ। PSPCL ਦੇ ਮੀਟਰ ਰੀਡਰਾਂ ਨੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ OSD ਸੰਧੂ ਨੂੰ ਇੱਕ ਮੰਗ ਪੱਤਰ ਸੌਂਪਿਆ, ਜਿਸ ਰਾਹੀਂ ਉਹਨਾਂ ਮੰਗ ਕਰਦਿਆਂ ਕਿਹਾ ਕਿ ਵਰਕਰਾਂ ਨੂੰ ਠੇਕੇ 'ਤੇ ਰੱਖਿਆ ਗਿਆ ਅਤੇ ਸਾਨੂੰ ਮਹੀਨੇ ਦੀ 4,000 ਤਨਖਾਹ ਮਿਲਦੀ ਹੈ, ਜਿਸ ਨਾਲ ਘਰ ਦਾ ਗੁਜ਼ਾਰਾ ਵੀ ਨਹੀਂ ਹੁੰਦਾ ਹੈ। ਉਹਨਾਂ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ। ਉੱਧਰ OSD ਸੰਧੂ ਨੇ ਵਰਕਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਉਹਨਾਂ ਦੀ ਮੰਗ ਨੂੰ ਮੁੱਖ ਮੰਤਰੀ ਕੋਲ ਜ਼ਰੂਰ ਰੱਖਣਗੇ। ਕੰਪਨੀਆਂ ਮਹਿਕਮੇ ਕੋਲੋਂ ਇੰਨੇ ਪੈਸੇ ਜਿਹੜੇ ਲੈ ਰਹੀਆਂ ਵਾ, ਸਾਡਾ ਜਿਹੜਾ ਸ਼ੋਸ਼ਣ ਹੋ ਰਿਹਾ ਵਾ, ਸਾਨੂੰ ਇੰਨੀਆਂ ਤਨਖਾਹਾਂ ਦੇ ਨਹੀਂ ਰਹੀ। 4-5,000 ਤਨਖਾਹ ਦੇ ਵਿੱਚ ਅੱਜ ਦੇ ਸਮੇਂ 'ਚ ਜੇ ਆਪਾਂ ਗੱਲ ਕਰੀਏ, ਕਿਸੇ ਦਾ ਕੋਈ ਗੁਜ਼ਾਰਾ ਨਹੀਂ ਹੁੰਦਾ। ਘਰ ਪਰਿਵਾਰ ਦੇ ਵਿੱਚ ਜਿਹੜੀ ਆ, ਘੱਟ ਤੋਂ ਘੱਟ ਜਿਹੜੀ ਆ, ਸਾਨੂੰ DC ਰੇਟ 'ਤੇ ਤਨਖਾਹ ਤਾਂ ਮਿਲਣੀ ਚਾਹੀਦੀ ਆ। ਸਾਡੇ ਨਾਲ ਚੰਗੇ ਤਾਂ ਮਜ਼ਦੂਰ ਆ ਜਿਹੜੇ 15,000 ਰੁਪਈਆ ਉਹ ਤਨਖਾਹ ਲੈ ਜਾਂਦੇ ਆ, ਜੇ ਦਿਹਾੜੀ ਕਰਦੇ 500 ਰੁਪਈਆ 'ਤੇ। ਕਿਹੜਾ ਮਹਿਕਮਾ ਹੈ ਸਾਡਾ ਜੀ? ਬਿਜਲੀ ਬੋਰਡ ਦਾ ਮਹਿਕਮਾ ਵੈਸੇ ਤਾਂ ਆਹੀ ਆਊਟਸੋਰਸ ਵਿੱਚ ਕੰਮ ਕਰਦੇ ਹਾਂ ਬਿਲਿੰਗ ਦੇ ਰਿਗਾਰਡਿੰਗ। ਅਤੇ ਅਸੀਂ ਸਰ SDM ਸਾਹਿਬ ਨੂੰ ਇੱਥੇ ਦੇਣਾ ਹੈ ਗੁਰਸੇਵਕ ਸਿੰਘ ਜੀ ਨੂੰ। ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ? ਹਾਂਜੀ ਸਰ, ਮੈਨੂੰ 5 ਸਾਲ ਹੋ ਗਿਆ ਜੀ ਕੰਮ ਕਰਦੇ। ਉੱਚ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਹੋਈ ਹੈ ਜੀ? ਸਰ ਬਾਜਵਾ ਸਾਹਿਬ ਨਾਲ ਸੁਲੱਖਣ ਭਾਅ ਜੀ ਮੀਟਿੰਗ ਕਰਕੇ ਆਏ ਆ। ਉਹਨਾਂ ਨੇ ਵੈਸੇ ਤਾਂ ਵਿਸ਼ਵਾਸ ਦਵਾਇਆ ਵਾ ਸਰਕਾਰਾਂ ਦਾ, ਜਿਸ ਤਰ੍ਹਾਂ ਵੀ ਤੁਹਾਨੂੰ ਪਤਾ ਵਾ, ਅਤੇ ਬਾਕੀ ਫਿਰ ਵੀ ਆਪਾਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਵਾ ਥੋੜ੍ਹਾ ਜਿਹਾ ਜ਼ੋਰ ਲਾ ਕੇ ਜਿਹੜਾ ਕੰਮ ਕੀਤਾ ਜਾਵੇ, ਕਿਉਂਕਿ ਆਰਥਿਕ ਵਿਵਸਥਾ ਜਿਹੜੀ ਆ ਮਹਿਕਮੇ ਦੀ, ਜਿਹੜੀ ਉਹ ਮੀਟਰੇਟਰ ਹੁੰਦੇ ਆ, ਮੀਟਰੇਟਰ ਬਿੱਲ ਦੇ ਕੇ ਆਉਂਦੇ ਆ ਅਤੇ ਲੋਕਾਂ ਦੇ ਪੈਸੇ ਜਿਹੜੇ ਫੇਰ ਜਿਹੜੇ ਮਹਿਕਮੇ ਨੂੰ ਪਹੁੰਚਦੇ ਆ, ਅਤੇ ਸਾਰਾ ਕੰਮ ਜਿਹੜਾ ਮੀਟਰੇਟਰਾਂ ਦੇ ਸਿਰ 'ਤੇ ਆ, ਜੇ ਉਹਨਾਂ ਨੂੰ ਇੰਨੀ ਤਨਖਾਹ ਦਿੱਤੀ ਜਾਂਦੀ ਤਾਂ ਫਿਰ ਤਾਂ ਉਹਨਾਂ ਵਾਸਤੇ ਵੀ ਬਹੁਤ ਮਾੜੀ ਗੱਲ ਹੈ। ਮੋਗਾ ਸ਼ਹਿਰ ਲਈ ਵੱਡੇ ਮਾਣ ਦੀ ਖਬਰ ਹੈ ਕਿ ਇੱਥੋਂ ਦੀ ਧੀ ਅਵਨੀਤ ਕੌਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ ਮੋਹਰੀ ਰਹਿੰਦਿਆਂ ਜੱਜ ਬਣ ਕੇ ਜਿੱਥੇ ਆਪਣੀ ਮਿਹਨਤ ਦਾ ਲੋਹਾ ਮਨਵਾਇਆ ਹੈ, ਉੱਥੇ ਹੀ ਉਸਨੇ ਹੋਰਨਾਂ ਲੋਕਾਂ ਨੂੰ ਵੀ ਸੰਦੇਸ਼ ਦਿੱਤਾ ਹੈ ਕਿ ਉਹ ਆਪਣੀਆਂ ਧੀਆਂ ਨੂੰ ਅੱਗੇ ਵਧਣ ਦੇ ਮੌਕੇ ਦੇ। ਅੱਜ ਅਵਨੀਤ ਦਾ ਮੋਗਾ ਪਹੁੰਚਣ 'ਤੇ ਸ਼ਹਿਰ ਵਾਸੀਆਂ ਅਤੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੇ ਭਰਵਾਂ ਸਵਾਗਤ ਕੀਤਾ ਅਤੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਵੀ ਉਹਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ 'ਤੇ ਜਾਗ੍ਰਿਤੀ ਮੰਚ ਦੇ ਮੁੱਖ ਪ੍ਰਬੰਧਕ ਰਾਜੇਸ਼ ਕੋਛੜ ਅਤੇ ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਨੇ ਕਿਹਾ ਕਿ ਅਵਨੀਤ ਨੇ ਜੱਜ ਬਣ ਕੇ ਮੋਗੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ। ਮਿਹਰ ਹੋਈ ਹੈ ਕਿ ਸਾਡੀ ਬੇਟੀ ਅੱਜ ਉੱਚ ਮੁਕਾਮ 'ਤੇ ਪਹੁੰਚੀ ਹੈ। ਇਹ ਮੁਕਾਮ ਇਹਨੇ ਆਪਣੀ ਲਗਨ, ਮਿਹਨਤ ਔਰ ਸਿਨਸੀਅਰਟੀ ਦੇ ਨਾਲ ਆਪਣੀ ਪੜ੍ਹਾਈ ਕੀਤੀ ਅਤੇ ਇਹ ਮੁਕਾਮ ਹਾਸਲ ਕੀਤਾ ਹੈ। ਮੈਂ ਜਿੱਥੇ ਇਹਨੇ ਆਪਣਾ ਨਾਂ ਰੋਸ਼ਨ ਕੀਤਾ, ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕੀਤਾ, ਉਹਨਾਂ ਸਕੂਲ ਸੰਸਥਾਵਾਂ ਜਿਨ੍ਹਾਂ ਤੋਂ ਇਹਨਾਂ ਨੇ ਐਜੂਕੇਸ਼ਨ ਪ੍ਰਾਪਤ ਕੀਤੀ ਹੈ, ਉਹਨਾਂ ਦੇ ਸੰਸਥਾਵਾਂ ਅਤੇ ਉਹਨਾਂ ਟੀਚਰ ਸਾਹਿਬਾਨ ਦਾ ਨਾਂ ਵੀ ਰੋਸ਼ਨ ਕੀਤਾ, ਆਪਣੇ ਸ਼ਹਿਰ ਦਾ ਨਾਂ ਵੀ ਅਤੇ ਰਿਸ਼ਤੇਦਾਰਾਂ ਨਾਲ ਦਾ ਨਾਂ ਵੀ ਰੋਸ਼ਨ ਕੀਤਾ। ਹੁਣ ਵਧਦਿਆਂ ਮੌਸਮ ਦੇ ਹਾਲ 'ਤੇ, ਫੱਗਣ ਚੜ੍ਹਦੇ ਹੀ ਗਰਮੀ ਦਾ ਅਹਿਸਾਸ ਕਰਵਾਉਣ ਮਗਰੋਂ ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਬਦਲੀ ਹੈ। ਦੇਰ ਰਾਤ ਜਿੱਥੇ ਪੰਜਾਬ ਦੇ ਕਈ ਇਲਾਕੇ ਵਿੱਚ ਮੀਂਹ ਪਿਆ, ਉੱਥੇ ਹੀ ਪਟਿਆਲਾ ਅਤੇ ਬਠਿੰਡਾ ਦੇ ਕਈ ਇਲਾਕਿਆਂ ਵਿੱਚ ਮੀਂਹ ਦੇ ਨਾਲ ਨਾਲ ਭਾਰੀ ਗੜੇਮਾਰੀ ਵੀ ਹੋਈ ਹੈ।
इस दौरान चारे पासे गड़ियां दी चिट्टी चादर विच गई। इस मीह ते गड़ेमारी ने जिथे लोगों नूं एक बार फिर तो ठंड का एहसास करवा दिता है, उते फसलों का भी भारी नुकसान किया। बिना शक इस वेले मीह ते मुड़ पई ठंड निसर रही ने, कणकां लई लाहेवंद है, पर रात नूं पए गड़ियां नाल कणक की फसल खेतों विच विच गई, जिस नाल भारी नुकसान का डर है। दस दिए कि पिछले 2-3 दिनों तो पंजाब विच बदलवाई बनी हुई है, किते किते मीह भी पिया, जबकि पहाड़ों विच मुड़ बर्फबारी हो रही है। अंतरराष्ट्रीय मात भाषा दिवस समर्पित अजोके दौर में भारतीय भाषावां की भूमिका विषय से सैमीनार करवाया गया। समारोह के आरंभ में पिछले समय में विछड़े साहित्यकार सरदार जसवंत सिंह कंवल, डॉक्टर दलीप कौर टिवाणा, लाची बावा नूं मौन धारण करके श्रद्धांजलि भेंट की गई। प्रिंसीपल सविता सचदेवा ने आए विद्वाना लेखकों जी आया आख्या। समारोह की शुरुआत संगीत विभाग दियां विद्यार्थिनां ने शब्द कीर्तन नाल कीती। रमिंदरजीत कौर ने मात भाषा बारे कविता पेश की। सैमीनार नूं संबोधन करदिआं विद्वान चिंतक डॉक्टर सुमेल सिंह सिद्धू ने कहा कि हुक्मरान धीरां पंजाबी भाषा दे नाल नहीं ने, इस करके इस भाषा नूं कदे भी बणदा माण ताण प्राप्त नहीं हो सके। उन्हां कहा कि इस भाषा की अमीरी यह भी है कि इस भाषा ने उर्दू, फारसी, संस्कृत, अरबी आदि नूं अपने विच समोया होया है। इस सब कुछ के बावजूद कई भाषावां विकसित हुंदियां रहियां ने अते कई अलोप भी हो गईआं ने। 130 ਲੋਕਾਂ ਤੇ ਅੰਗਰੇਜ਼ੀ ਧੱਕੇ ਨਾਲ ਠੋਸੀ ਗਈ ਹੈ ਅਤੇ ਲੋਕ ਹੀਣ ਭਾਵਨਾ ਨਾਲ ਜੀ ਰਹੇ ਨੇ। ਖੇਤਰੀ ਭਾਸ਼ਾਵਾਂ ਦਾ ਵਿਕਾਸ ਕੀਤਾ ਜਾਵੇਗਾ ਤਾਂ ਹੀ ਇੱਥੋਂ ਦੇ ਲੋਕਾਂ ਦਾ ਵਿਕਾਸ ਹੋਵੇਗਾ, ਕਿਉਂਕਿ ਲੋਕਾਂ ਦੀਆਂ ਜ਼ੁਬਾਨਾਂ ਦਾ ਲਾਗੂ ਹੋਣਾ ਜ਼ਰੂਰੀ ਹੋਣਾ ਚਾਹੀਦਾ ਹੈ। ਸੋ ਇਸ ਨਾਲ ਸਬੰਧ ਆ ਗਿਆ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਵੇਖਣ ਲਈ ਤੁਸੀਂ ਵੇਖੋ ਚੜ੍ਹਦੀ ਕਲਾ ਟਾਈਮ ਟੀਵੀ।